ਲਸਟ ਵਾਲੇ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੋਸਟਾਂ ਕੱਢੀਆਂ ਜਾ ਰਹੀਆਂ ਨੇ ਅੱਡੜ ਤੇ ਮੈਕਮੇ ਦੇ ਵਿੱਚ ਤੇ ਹੁਣ ਇੱਕ ਟਵੀਟ ਕੀਤਾ ਗਿਆ ਭਗਵੰਤ ਮਾਨ ਜੀ ਦੁਆਰਾ ਕਿ 6800 ਜਿਹੜੀਆਂ ਪੋਸਟਾਂ ਨੇ ਹੋਰ ਅਸੀਂ ਜਿਹੜੀਆਂ ਹੈਗੀਆਂ ਨੇ ਕੱਢਾਂਗੇ ਜਿਦੇ ਵਿੱਚ ਦੇਖੋ ਮਾਨ ਸਰਕਾਰ ਨੌਜਵਾਨ ਨੂੰ ਦੇਵੇ ਰੋਜ਼ਗਾਰ ਪੰਜਾਬ ਪੁਲਿਸ ਦੇ ਪਰਿਵਾਰ ਚ ਹੋਵੇਗਾ ਵਾਦਾ ਜਿਦੇ ਵਿੱਚ 6800 ਜਵਾਨਾਂ ਦੀ ਜਿਹੜੀ ਹੈਗੀ ਹੈ ਭਰਤੀ ਹੋਵੇਗੀ ਉਹਦੇ ਵਿੱਚ 1600 ਜਿਹੜੇ ਹੈਗੇ ਨੇ ਮਹਿਲਾ ਕਨਸਟੇਬਲ ਦੀ ਹੋਵੇਗੀ ਭਰਤੀ ਮਾਨ ਸਰਕਾਰ ਦਾ ਮੁੱਖ ਮਕਸਦ ਕੀ ਹੈ ਕਿ ਸਾਡੇ ਨੌਜਵਾਨਾਂ ਨੂੰ ਪੰਜਾਬ 'ਚ ਹੀ ਰਹਿਣਾ ਤੇ ਪੰਜਾਬ 'ਚ ਹੀ ਕੰਮ ਦੇਣਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਆਦਾ ਤੋਂ ਜਿਆਦਾ ਜਿਹੜੇ ਨੌਜਵਾਨ ਕੀ ਕੀ ਨੇ ਬਾਹਰ ਜਾ ਰਹੇ ਨੇ ਆਪਣੇ ਦੇਸ਼ ਨੂੰ ਛੱਡ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਰਹੇ ਨੇ ਇਸ ਕਰਕੇ ਭਗਵੰਤ ਮਾਨ ਨੇ ਜਿਹੜਾ ਹੈਗਾ ਉਹ ਕਿਹਾ ਕਿ ਇੱਥੇ ਹੀ ਰੋਜ਼ਗਾਰ ਦਵਾਂਗੇ ਆਪਾਂ ਸਾਰਿਆਂ ਨੂੰ ਵੱੱਟ ਤੋਂ ਵੱੱਟ ਜਿਹੜੀਆਂ ਹੈਗੀਆਂ ਨੇ ਪੋਸਟਾਂ ਇੱਥੇ ਕੱਟਾਂਗੇ ਤਾਂ ਹੁਣ ਜਿਹੜੇ ਬੱਚੇ ਪਿਛਲੀ ਵਾਰ ਰਹਿ ਗਏ ਸੀਗੇ ਇੱਕ ਦੋ ਨੰਬਰ ਨਾਲ ਜਿਨ੍ਹਾਂ ਦੇ ਨੰਬਰ ਘੱਟ ਸੀਗੇ ਨਹੀਂ ਨਾਮ ਪਿਆ ਇਸ ਵਾਰ تیاری ਆਪਣੀ ਖਿੱਚ ਕੇ ਰੱਖੋ ਇਸ ਵਾਰ ਜ਼ਰੂਰ ਜਿਹੜਾ ਹੈਗਾ ਉਹਨਾਂ ਦਾ ਨਾਮ ਆ ਜਾਣਾ ਹੈ ਦੇਖੋ WhatsApp ਪੋਸਟਾਂ ਬਹੁਤ ਹੁੰਦੀਆਂ ਨੇ 1600 ਦੇ ਵਿੱਚ ਮੀਲਾ ਕਨਸਟੇਬਲ ਦੀਆਂ ਅੱਡ ਹੋਣਗੀਆਂ ਪਿਛਲੀ ਵਾਰ 4000 ਪੋਸਟ ਆਈਆਂ ਸੀਗੀਆਂ ਤੇ ਕੱਟਆਫ ਜਿਹੜੀ ਹੈਗੀ 70 ਤੇ 73 ਤੇ ਗਈ ਸੀ ਇਸ ਵਾਰ 350 ਪੋਸਟਾਂ ਕਿਤੇ ਬਹੁਤ سارے ਬੱਚੇ ਲੱਗ ਵੀ ਗਏ ਤਾਂ 60 50 ਨੰਬਰ ਵਾਲੇ ਦਾ ਵੀ ਨੰਬਰ ਪੈ ਜਾਊਗਾ ਤਾਂ ਕਰਕੇ ਆਪਣੀ ਤਿਆਰੀ ਖਿੱਚ ਕੇ ਰੱਖੋ ਸਾਰੇ ਤੇ ਸਾਡੇ ਚੈਨਲ ਤੇ ਡੇਲੀ ਵੀਡੀਓ ਜਿਹੜੀ ਅਪਡੇਟ ਹੁੰਦੀ ਰਹਿੰਦੀ ਹੈ ਕੰਪਿਊਟਰ ਦੀ ਤੇ ਬਾਕੀ ਜਿਹੜੇ ਸਬਜੈਕਟ ਨੇ ਉਹਨਾਂ ਦੀਆਂ ਤਾਂ ਈਦਰ ਰੇਟ ਕਿਸੇ ਨੇ ਵੀ ਕੁਝ ਪੁੱਛਣਾ ਹੋ ਤਾਂ ਨੀਚੇ ਕਮੈਂਟ ਕਰਕੇ ਹੋ ਪੁੱਛ ਸਕਦਾ ਹੈ ਧੰਨਵਾਦੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਧੰਨਵਾਦ